ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਮੌਜੂਦ ਹੈ ਔਰ ਇਹ ਤੁਹਾਡੀ ਆਬਜ਼ਰਵੇਸ਼ਨ 'ਚ ਆਉਣਾ ਹੈ ਕਿ ਸਿਰਫ ਆਫਤਾਬ ਅਹਿਮਦ ਤਾਬੀ ਤਾਬੀ ਲੀਕਸ ਡੋਟ ਕੌਮ ਹੀ ਇੱਕ ਐਸੀ ਵੈਬਸਾਈਟ ਹੈ ਕਿ ਜਿਹੜੀ ਤੁਹਾਨੂੰ ਪਾਕਿਸਤਾਨ ਦੇ ਉੱਭਰਦੇ ਹੋਏ ਨੌਜਵਾਨਾਂ ਦੇ ਬਾਰੇ 'ਚ ਅਪਡੇਟ ਕਰਦੀ ਰਹਿੰਦੀ ਹੈ। ਨੈਸ਼ਨਲ ਕ੍ਰਿਕਟ ਅਕੈਡਮੀ ਦੇ ਕੋਚਸ ਦੇ ਬਾਰੇ 'ਚ ਤੁਹਾਨੂੰ ਅਪਡੇਟ ਦਿੰਦੀ ਰਹਿੰਦੀ ਹੈ। ਮਨਸੂਰ ਰਾਣਾ ਇਸ ਵਕਤ ਇੱਕ ਖਿਡਾਰੀ ਨੂੰ ਆਪਣੀ ਮਾਹਿਰਾਨਾ ਤਜਾਵੀਜ਼ ਦੱਸ ਰਹੇ ਨੇ, ਟੈਕਨੀਕਸ ਦੇ ਰਹੇ ਨੇ। ਬਹੁਤ ਅੱਛਾ ਪ੍ਰੋਫਾਈਲ ਹੈ ਜੀ ਮਨਸੂਰ ਰਾਣਾ ਦਾ। ਪਾਕਿਸਤਾਨ ਅੰਡਰ 19 ਨੇ ਜਿਹੜਾ ਜੂਨੀਅਰ ਵਰਲਡ ਕੱਪ ਜਿੱਤਿਆ ਉਹਦੇ ਵੀ ਕੋਈ ਸੀ। ਵੁਮਨ ਨੇ ਜਿਹੜਾ ਏਸ਼ੀਅਨ ਚੈਂਪੀਅਨਸ਼ਿਪ ਦਾ ਇਜ਼ਾਜ਼ ਹਾਸਲ ਕੀਤਾ ਉਹਦੇ ਵਿੱਚ ਵੀ ਮਨਸੂਰ ਰਾਣਾ ਹੈੱਡ ਕੋਚ ਸੀ, ਮਗਰ ਇਹਨਾਂ ਨੂੰ ਉਸ ਤੋਂ ਬਾਅਦ ਹਾਇਰ ਜਗ੍ਹਾ 'ਤੇ ਕੋਈ ਅਸਾਈਨਮੈਂਟ ਕਿਉਂ ਨਹੀਂ ਮਿਲ ਰਹੀ, ਇਹਦਾ ਜਵਾਬ ਮੇਰੇ ਕੋਲ ਨਹੀਂ ਹੈ। ਕਵਰ ਡਰਾਈਵ ਦੀ ਡਰਿੱਲ ਉਹਨਾਂ ਨੂੰ ਸਮਝਾ ਰਹੇ ਨੇ ਕਿ ਵਟ ਇਜ਼ ਦਾ ਬੇਸਿਕ ਟੈਕਨੀਕ। ਮਨਸੂਰ ਰਾਣਾ ਹੋਰਾਂ ਕੋਲ ਅਸੀਂ ਇੱਕ ਦੋ ਸਵਾਲ ਪੁੱਛਾਂਗੇ। ਮਨਸੂਰ ਰਾਣਾ ਜੀ, ਪਾਕਿਸਤਾਨ ਅੰਡਰ 19 ਦੇ ਤੁਸੀਂ ਕੋਚ ਬਣੇ, ਵਰਲਡ ਕੱਪ ਲੈ ਕੇ ਆਏ, ਵੁਮਨ ਟੀਮ ਦੇ ਤੁਸੀਂ ਹੈੱਡ ਕੋਚ ਬਣੇ, ਏਸ਼ੀਅਨ ਚੈਂਪੀਅਨ ਬਣੇ, ਜਦੋਂ ਤੱਕ ਫੈਸਲਾਬਾਦ ਰੀਜਨ ਦੇ ਤੁਸੀਂ ਹੈੱਡ ਕੋਚ ਰਹੇ, ਟੌਪ 'ਤੇ ਰਹੀ, ਹੁਣ ਤਾਂ ਕਿਤੇ ਬੋਟਮ 'ਤੇ ਵੀ ਨਜ਼ਰ ਨਹੀਂ ਆ ਰਹੀ, ਅਤੇ ਤੁਸੀਂ ਸਮਝਦੇ ਹੋ ਕਿ ਮਨਸੂਰ ਰਾਣਾ ਨੂੰ ਜਿਹੜਾ ਮੁਕਾਮ ਮਿਲਣਾ ਚਾਹੀਦਾ ਸੀ ਉਹ ਮਿਲਿਆ? ਜ਼ਰਾ ਤੁਹਾਡਾ ਸਵਾਲ ਜ਼ਰਾ ਮੁਸ਼ਕਿਲ ਜਿਹਾ ਹੈਗਾ, ਲੇਕਿਨ ਜੋ ਵੀ ਅਸਾਈਨਮੈਂਟਸ ਮਿਲਦੀਆਂ ਨੇ ਜਿੱਥੇ ਵੀ, ਚੂੰਕਿ ਅਸੀਂ ਕੰਮ ਕਰ ਰਹੇ ਹਾਂ ਪਾਕਿਸਤਾਨ ਕ੍ਰਿਕਟ ਬੋਰਡ ਵਾਸਤੇ, ਜਿਹੜੀ ਵੀ ਅਸਾਈਨਮੈਂਟਸ ਮਿਲੀਆਂ ਹਾਲੇ ਤੱਕ ਉਹਨਾਂ ਨੂੰ ਬੜਾ ਖੂਬੀ ਦੇ ਨਾਲ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਲਾਹ ਦਾ ਸ਼ੁਕਰ ਹੈ ਕਿ ਉਹਦੇ 'ਚ ਕਾਮਯਾਬੀਆਂ ਮਿਲੀਆਂ। ਪਰ ਫਰਦਰ ਵੀ ਜਿਹੜੀ ਵੀ ਅਸਾਈਨਮੈਂਟਸ ਮਿਲੇਗੀ ਜਿੱਥੇ ਵੀ ਕੰਮ ਕਰਨ ਵਾਸਤੇ ਕਿਹਾ ਜਾਏਗਾ ਉਹ ਦਿਲ ਨਾਲ ਕਰਾਂਗੇ ਤੇ ਇਨਸ਼ਾਅੱਲਾ ਕਾਮਯਾਬੀਆਂ ਮਿਲਣਗੀਆਂ। ਤੁਸੀਂ ਸਮਝਦੇ ਹੋ ਕਿ ਜਿਹੜੇ ਪਾਕਿਸਤਾਨੀ ਕੋਚਸ ਨੇ ਟ੍ਰੇਨ ਬਾਏ ਨੈਸ਼ਨਲ ਕ੍ਰਿਕਟ ਅਕੈਡਮੀ ਉਹ ਗੋਰੇ ਕੋਚਾਂ ਨਾਲੋਂ ਉਹਨਾਂ ਦੀ ਅਹਿਲੀਅਤ ਘੱਟ ਹੈ? ਦੇਖੋ, ਅਹਿਲੀਅਤ ਤਾਂ ਘੱਟ ਨਹੀਂ ਹੈਗੀ ਕਿਉਂਕਿ ਕੋਚਿੰਗ ਕੋਰਸਿਸ ਵੀ ਉਹ ਹੀ ਨੇ, ਸਿਰਫ ਥੋੜ੍ਹਾ ਜਿਹਾ ਸਿਸਟਮ ਜਿਹੜਾ ਹੈ ਅਗਰ ਸਾਡਾ ਬਿਹਤਰ ਹੋ ਜਾਏ, ਹੋਰ ਬਿਹਤਰ ਹੋ ਜਾਏ ਔਰ ਰਿਵਾਈਵ ਹੋ ਜਾਏ ਜਿਸ ਤਰ੍ਹਾਂ 2006-7-8 ਦੇ ਵਿੱਚ ਹੈਗਾ ਸੀ, ਤਾਂ ਮੇਰਾ ਖਿਆਲ ਹੈ ਕਿ ਸਾਡੇ ਕੋਚਿਸ ਵੀ ਉਸ ਤਰ੍ਹਾਂ ਹੀ ਪਰਫੋਰਮ ਕਰਨ ਔਰ ਉਸ ਤਰ੍ਹਾਂ ਹੀ ਉਹਨਾਂ ਦੀ ਬਿਹਤਰੀ ਆਵੇ, ਉਹਨਾਂ ਦੀ ਐਲੀਵੇਸ਼ਨ ਹੋਵੇ ਉਹਨਾਂ ਦਾ। ਅਤੇ ਤੁਸੀਂ ਕੀ ਸਮਝਦੇ ਹੋ ਕਿ ਨੈਸ਼ਨਲ ਕ੍ਰਿਕਟ ਅਕੈਡਮੀ ਟੂ ਡਿਵੈਲਪ ਅ ਪਲੇਅਰ ਆਪਣਾ ਕਿਰਦਾਰ ਬਿਹਤਰ ਤਰੀਕੇ ਨਾਲ ਸਰੰਜਾਮ ਦੇ ਰਹੀ ਹੈ ਜਾਂ ਹਾਲੇ ਬਿਹਤਰੀ ਦੀ ਜ਼ਰੂਰਤ ਹੈ? ਜੀ ਬਿਲਕੁਲ, ਬਹੁਤ ਅਸੀਂ ਮੁਤਮਈਨ ਹਾਂ, ਲੇਕਿਨ ਆਲਵੇਜ਼ ਦੇਰ ਇਜ਼ ਅ ਰੂਮ ਆਫ ਇੰਪਰੂਵਮੈਂਟ। ਲੇਕਿਨ ਸਾਡੇ, ਤੁਹਾਨੂੰ ਵੀ ਪਤਾ ਹੈਗਾ ਹੈ, ਤੁਸੀਂ ਸਾਡੇ ਨਾਲ ਇਨਵੋਲਵ ਰਹੇ ਹੋ, ਕਿ ਸਾਡੇ ਕਾਫੀ ਦਫਾ ਐਸੀ ਐਸੀ ਰੁਕਾਵਟਾਂ ਆਈਆਂ ਨੇ ਕਿ ਜਦੋਂ ਕਿ ਪ੍ਰੋਗਰਾਮਸ ਖਤਮ ਹੋ ਗਏ ਨੇ, ਅਕੈਡਮੀਜ਼ ਨੂੰ ਮਤਲਬ ਬੰਦ ਕਰ ਦਿੱਤਾ ਗਿਆ ਹੈ, ਉਸ ਤਰ੍ਹਾਂ ਅਸੀਂ ਪ੍ਰੋਗਰਾਮ ਰਨ ਨਹੀਂ ਕੀਤੇ ਜਿਸ ਤਰ੍ਹਾਂ 2004-6 ਔਰ 2008 ਤੱਕ ਜਿਹੜੇ ਇਸ ਤਰ੍ਹਾਂ ਰਨ ਹੁੰਦੇ ਰਹੇ ਨੇ। ਅਤੇ ਹੁਣ ਮੈਂ ਜਿਸ ਤਰ੍ਹਾਂ ਮਿਨਿਸਟਰ ਨਜ਼ਰ ਸਾਹਿਬ ਵਾਪਸ ਆ ਗਏ ਨੇ ਔਰ ਉਹ ਆਪਣੇ ਪੂਰੀ ਦਿਲੋਂ ਜਾਨ ਨਾਲ ਜਿਸ ਤਰ੍ਹਾਂ ਹਮੇਸ਼ਾ ਕੰਮ ਕਰਦੇ ਨੇ, ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਵਾਪਸ ਆਉਣਗੀਆਂ ਔਰ ਇੰਪਰੂਵਮੈਂਟਸ ਆਉਣ। ਰਾਣਾ ਜੀ, ਹਰ ਕੋਚ ਦੀ ਇੱਕ ਖਾਹਿਸ਼ ਹੁੰਦੀ ਹੈ ਕਿ ਮੈਂ ਉੱਥੋਂ ਤੱਕ ਪਹੁੰਚਣਾ, ਵਟਸ ਯੂਰ ਅਲਟੀਮੇਟ ਗੋਲ? ਦੇਖੋ, ਅਲਟੀਮੇਟ ਗੋਲ ਤਾਂ ਜਿਸ ਤਰ੍ਹਾਂ ਕ੍ਰਿਕਟ ਖੇਡਣੇ ਸਾਂ ਤਾਂ ਪਾਕਿਸਤਾਨ ਵਾਸਤੇ ਖੇਡਣਾ ਸੀ। ਕੋਚਿੰਗ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਜੀ ਤੁਸੀਂ ਪਾਕਿਸਤਾਨ ਟੀਮ ਦੀ ਕੋਚਿੰਗ ਕਰੋ, ਨੋਟ ਮੇ ਬੀ ਹੈੱਡ ਕੋਚ, ਤੁਸੀਂ ਐਜ਼ ਅ ਬੈਟਿੰਗ ਕੋਚ ਕਰ ਸਕਦੇ ਹੋ, ਤੁਸੀਂ ਹੋਰ ਕਿਸੇ ਤਰੀਕੇ ਦਾ ਵੀ ਪਾਕਿਸਤਾਨ ਟੀਮ ਨਾਲ ਇਨਵੋਲਵ ਹੋ ਸਕਦੇ ਹੋ। ਬਾਕੀ ਜਿਹੜੀ ਦੁਨੀਆ 'ਚ ਇਸ ਵਕਤ ਕ੍ਰਿਕਟ ਹੋ ਰਹੀ ਹੈ, ਸ਼ੋਰਟਰ ਫਾਰਮੈਟ ਜਿਹੜੇ ਹੋ ਰਹੇ ਨੇ, ਉਹਨਾਂ 'ਚ ਤੁਸੀਂ ਇਨਵੋਲਵ ਹੋ। ਅਤੇ ਮੇਰਾ ਖਿਆਲ ਹੈ ਕਿ ਹਰ ਸ਼ਖਸ ਦੀ ਖੁਆਇਸ਼ ਹੁੰਦੀ ਹੈ
ਔਰ ਹਰ ਸ਼ਖਸ ਦੀ ਖੁਆਇਸ਼ ਪੂਰੀ ਨਹੀਂ ਹੁੰਦੀ। ਤੁਸੀਂ ਇਹ ਕੈਰੀਅਰ ਅਡਾਪਟ ਕਰਕੇ ਖੁਸ਼ ਹੋ? ਜੀ ਬਿਲਕੁਲ, ਮੇਰਾ ਖਿਆਲ ਹੈ ਕਿ ਇਸ ਤੋਂ ਅੱਛੀ ਚੀਜ਼ ਹੀ ਕੋਈ ਨਹੀਂ ਹੈਗੀ ਕਿ ਜਿਹੜਾ ਤੁਹਾਡਾ ਜ਼ਿੰਦਗੀ ਦਾ ਪੈਸ਼ਨ ਰਿਹਾ ਹੋਵੇ ਉਹ ਹੀ ਤੁਹਾਡਾ ਪ੍ਰੋਫੈਸ਼ਨ ਬਣ ਜਾਏ। ਇਸ ਤੋਂ ਅੱਛੀ ਤਾਂ ਬਲੈਸਿੰਗ ਕੋਈ ਨਹੀਂ ਹੈਗੀ ਜ਼ਿੰਦਗੀ 'ਚ। ਥੈਂਕ ਯੂ।